ਰੀਅਲ ਏਸਟੇਟ ਗੁਰੂ ਦੇ तमाम ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਦੋਸਤੋ ਹਨੀ ਵਾਲੀਆ ਸ਼ੋਅਜ਼ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਰੀਅਲ ਏਸਟੇਟ ਗੁਰੂ ਸ਼ੋਅ ਹੈ ਇਹਦੇ ਵਿੱਚ ਅਸੀਂ ਪ੍ਰਾਪਰਟੀ ਦੇ ਰਿਲੇਟਡ ਰੀਅਲ ਏਸਟੇਟ ਦੇ ਰਿਲੇਟਡ ਤੁਹਾਡੇ ਨਾਲ ਸਾਡੇ ਐਕਸਪਰਟਸ ਜਿਹੜੇ ਆ ਰੂਬਰੂ ਕਰਦੇ ਆ ਇਸ ਸ਼ੋਅ ਦੇ ਵਿੱਚ ਅੱਜ ਅਸੀਂ ਇਨਵਾਈਟ ਕੀਤਾ ਮਿਸਟਰ ਤੁਸ਼ਾਰ ਪੁਟਾਨੀ ਜੀ ਨੂੰ ਜਿਹੜੇ ਕਿ ਇੱਕ ਰੀਅਲਟਰ ਨੇ ਖਾਸ ਕਰਕੇ ਰੀਮੈਕਸ ਐਕਸੀਲੈਂਸੀ ਨੂੰ ਜਿਹੜੇ ਹੈਗੇ ਨੇ ਰਿਪ੍ਰੈਜ਼ੈਂਟ ਕਰਦੇ ਨੇ ਬਹੁਤ ਹੀ ਅੱਛੀ ਰੇਟਿੰਗ ਦੇ ਨਾਲ ਉਹ ਇਸ ਐਲਬਰਟਾ ਦੇ ਵਿੱਚ ਐਡਮਿੰਟਨ ਨੂੰ ਰਿਪ੍ਰੈਜ਼ੈਂਟ ਕਰਦੇ ਨੇ ਐਡਮਿੰਟਨ ਦੇ ਵਿੱਚ ਲੱਖਾਂ ਹੀ ਲੋਕਾਂ ਦੇ ਜਿਹੜੇ ਹੈਗੇ ਨੇ ਆਪਣਾ ਸੁਪਨਿਆਂ ਦਾ ਘਰ ਲੈਣ ਦੇ ਵਿੱਚ ਉਹਨਾਂ ਦੀ ਜਿਹੜੀ ਹੈਲਪ ਕਰ ਚੁੱਕੇ ਨੇ ਤਾਂ ਤੁਸ਼ਾਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਵੈਲਕਮ ਕਰਦਾ ਤੁਹਾਡਾ ਥੈਂਕ ਯੂ ਜੀ ਤਾਂ ਤੁਸ਼ਾਰ ਜੀ ਥੋੜ੍ਹਾ ਜਿਹਾ ਆਪਣੇ ਜਿਹੜੀ ਹੈਗਾ ਜਿਹੜਾ ਤੁਸੀਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ ਕਿ ਤੁਸੀਂ ਜਿਹੜੀ ਹੈਗੀ ਆ ਦਰਸ਼ਕਾਂ ਦੇ ਲਈ ਕੀ ਸਰਵਿਸਿਜ਼ ਕਿਸ ਢੰਗ ਦੇ ਨਾਲ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋ ਸਰ ਮੇਰਾ ਕੰਮ ਮਾਰਕੀਟ ਮੈਂ ਐਜ਼ ਅ ਰੀਅਲਟਰ ਆਫ ਕੋਰਸ ਅਗਰ ਕੋਈ ਇਨਵੈਸਟ ਕਰਨਾ ਚਾਹ ਰਿਹਾ ਹੈ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰੋਪਰਟੀਜ਼ ਪੇ ਜਾਂ ਕੋਈ ਆਪਣੇ ਘਰ ਖਰੀਦਣਾ ਚਾਹ ਰਿਹਾ ਹੈ ਕੋਈ ਆਪਣਾ ਘਰ ਵੇਚਣਾ ਚਾਹ ਰਿਹਾ ਹੈ ਤਾਂ ਹਮ ਉਨ ਚੀਜ਼ੋਂ ਮੇਂ ਹੈਲਪ ਕਰਤੇ ਹੈ ਡਿਪੈਂਡ ਕਰਤਾ ਹੈ ਆਪਕੀ ਕਿਆ ਰਿਕੁਆਇਰਮੈਂਟ ਹੈ ਬਟ ਹਮਾਰਾ ਹਮ ਕਾਫੀ ਸਾਲੋਂ ਸੇ ਇਸ ਰੀਅਲ ਸਟੇਟ ਕੰਮ ਪੇ ਹੈ ਤੋ ਹਮ ਮੇਕ ਸ਼ੋਰ ਕਰਤੇ ਹੈ ਕਿ ਆਪਕੀ ਜੋ ਵੀ ਰਿਕੁਆਇਰਮੈਂਟਸ ਹੈ ਉਸਕੇ ਹਮ ਆਪਕੋ ਪੂਰਾ ਪ੍ਰੋਸੈਸ ਠੀਕ ਸੇ ਬਤਾਏ ਔਰ ਆਪਕੀ ਰਿਕੁਆਇਰਮੈਂਟਸ ਕੇ ਹਿਸਾਬ ਸੇ ਆਪਕੋ ਠੀਕ ਸਰਵਿਸਿਸ ਦੇ ਜੀ ਰਾਈਟ ਜਿੱਦਾਂ ਦੋਸਤੋ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਵੀ ਅਸੀਂ ਗੱਲ ਕਰ ਚੁੱਕੇ ਹਾਂ ਤਾਂ ਜਿਹੜੇ ਲੋਕੀ ਨੇ ਉਹ ਆਪਣਾ ਘਰ ਲੈਣਾ ਚਾਹੁੰਦੇ ਨੇ ਸਾਡੇ ਨਾਲ ਪਿਛਲੇ ਐਪੀਸੋਡ ਦੀ ਕਾਫੀ ਸਵਾਲ ਆਏ ਸੀਗੇ ਜ਼ਿਆਦਾਤਰ ਜਿਹੜੇ ਹੈਗੇ ਨੇ ਸਾਡੇ ਇਹਨਾਂ ਸ਼ੋਜ਼ ਦੇ ਵਿੱਚ ਜਿਹੜੇ ਕਿ ਸਾਡੇ ਪੰਜਾਬੀ ਜਾਂ ਹਿੰਦੀ ਦੇ ਸ਼ੋਜ਼ ਨੇ ਸਾਡੇ ਕੋਲੇ ਉਹ ਸਵਾਲ ਆਏ ਨੇ ਕਿ ਜਿਹੜੇ ਕਿ ਸਾਊਥ ਏਰੀਆ ਨੂੰ ਲੈ ਕੇ ਐਡਮਿੰਟਨ ਦੇ ਸਾਊਥ ਏਰੀਆ ਨੂੰ ਲੈ ਕੇ ਜਿਹੜੀ ਹੈਗੀ ਹੈ ਪ੍ਰੋਪਰਟੀ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਜਾਵੇ ਉਸ ਤੋਂ ਇਲਾਵਾ ਇਹਨਾਂ ਸ਼ੋਜ਼ ਨੂੰ ਤੁਸੀਂ ਇੰਗਲਿਸ਼ ਦੇ ਵਿੱਚ ਵੀ ਦੇਖ ਸਕਦੇ ਹੋ ਪ੍ਰੋਪਰਟੀ ਦੇ ਉੱਤੇ ਸਾਊਥ ਸਾਈਡ ਦੇ ਵਿੱਚ ਕਿਹੜੇ ਕਿਹੜੇ ਏਰੀਆ ਡਿਵਾਈਡਡ ਨੇ ਇੱਥੇ ਕਿੱਥੇ ਕਿੱਥੇ ਘਰ ਜਿਹੜਾ ਹੈਗਾ ਜਾਂ ਫਸਟ ਜਿਹਨੇ ਫਸਟ ਟਾਈਮ ਘਰ ਲੈਣਾ ਜਾਂ ਕਿਸੇ ਨੇ ਇੱਕ ਪੁਰਾਣਾ ਘਰ ਲੈਣਾ ਕਿੱਥੇ ਕਿੱਥੇ ਅਵੇਲੇਬਿਲਟੀ ਹੈਗੀ ਹੈ ਘਰਾਂ ਦੀ ਸੋ ਹਨੀ ਜੀ ਐਡਮਿੰਟਨ ਮੈਂ ਅਗਰ ਆਪ ਦੇਖੇਂਗੇ ਤਾਂ ਟਿਪਿਕਲੀ ਇਹ ਚਾਰ ਪਾਰਟਸ ਮੈਂ ਡਿਵਾਈਡਡ ਹੈ ਜੀ ਤੋ ਆਪਕਾ ਜਿਸ ਆਫ ਕੋਰਸ ਸਭ ਸੇ ਉੱਪਰ ਆਤਾ ਹੈ ਨਾਰਥ ਈਸਟ ਨਾਰਥ ਵੈਸਟ ਫਿਰ ਸਾਊਥ ਈਸਟ ਐਂਡ ਸਾਊਥ ਵੈਸਟ ਜੀ ਔਰ ਇੱਕ ਏਰੀਆ ਹੈ ਸੈਂਟਰਲ ਐਡਮਿੰਟਨ ਰਾਈਟ ਤੋ ਅਗਰ ਹਮ ਏਰੀਆਸ ਕੀ ਬਾਤ ਕਰੇ ਅਗਰ ਹਮ ਮੇ ਬੀ ਸਟਾਰਟ ਕਰਤੇ ਹੈ ਸਾਊਥ ਈਸਟ ਸੇ ਜੀ ਤੋ ਜੋ ਸਾਊਥ ਈਸਟ ਏਰੀਆ ਹੈ ਯਹਾਂ ਪੇ ਕਾਫੀ ਡਿਵੈਲਪਮੈਂਟ ਹੋ ਰਹੀ ਹੈ ਐਡਮਿੰਟਨ ਮੈਂ ਹਮਨੇ ਲਾਸਟ ਕੁਛ ਸਾਲੋਂ ਮੈਂ ਦੇਖਾ ਹੈ ਕਿ ਜਿਤਨੀ ਵੀ ਗਰੋਥ ਜਾਂ ਡਿਵੈਲਪਮੈਂਟ ਆਜ ਕੀ ਐਡਮਿੰਟਨ ਮੈਂ ਹਮਾਰੇ ਐਲਬਰਟਾ ਸ਼ਹਿਰ ਮੈਂ ਹੋ ਰਹੀ ਹੈ ਪ੍ਰੋਵਿੰਸ ਮੈਂ ਜੀ ਜ਼ਿਆਦਾਤਰ ਸਾਊਥ ਵੈਸਟ ਔਰ ਸਾਊਥ ਈਸਟ ਮੈਂ ਕਾਫੀ ਡਿਵੈਲਪਮੈਂਟ ਹੈ ਤੋ ਅਗਰ ਹਮ ਸਾਊਥ ਈਸਟ ਕਾ ਏਰੀਆ ਅਗਰ ਹਮ ਦੇਖੇ ਤੋ ਯਹਾਂ ਪੇ ਕਾਫੀ ਨੇਬਰਹੁਡਸ ਹੈ ਜਹਾਂ ਪੇ ਡਿਮਾਂਡ ਬਹੁਤ ਜ਼ਿਆਦਾ ਹੈ ਨਏ ਘਰੋਂ ਕੀ ਜੀ ਇਹਦੇ ਵਿੱਚ ਏਰੀਆ ਵੀ ਡਿਵਾਈਡ ਹੋਏ ਹੋਏ ਨੇ ਜਿੱਦਾਂ ਸਾਊਥ ਵੈਸਟ ਦੀ ਗੱਲ ਕਰ ਲਈ ਜਾਂ ਸਾਊਥ ਈਸਟ ਦੀ ਗੱਲ ਕਰ ਲਈ ਇਹਦੇ ਵਿੱਚ ਏਰੀਆ ਵੀ ਡਿਵਾਈਡ ਨੇ ਸਾਊਥ ਈਸਟ ਇੱਕ ਆਪਕਾ ਬੇਸਿਕਲੀ ਏਰੀਆ ਹੋ ਗਿਆ ਐਡਮਿੰਟਨ ਕੇ ਲਾਈਕ ਕੁਆਟਰ ਆਪ ਦੇਖ ਸਕਤੇ ਹੈ ਜੋ ਸੈਕਸ਼ਨ ਹੋਤਾ ਹੈ ਐਡਮਿੰਟਨ ਕੇ ਸ਼ਹਿਰ ਕਾ ਜੀ ਤੋ ਸਾਊਥ ਈਸਟ ਮੇਂ ਡਿਫਰੈਂਟ ਡਿਫਰੈਂਟ ਨੇਬਰਹੁਡਸ ਹੈ ਜੀ ਜੈਸੇ ਆਪ ਲੋਰਲ ਹੋ ਗਿਆ ਇੱਕ ਹਮਾਰੀ ਸਭਸੇ ਜ਼ਿਆਦਾ ਜੋ ਪਾਪੂਲੇਸ਼ਨ ਆਤੀ ਹੈ ਇੰਡੀਆ ਸੇ ਈਸਟ ਇੰਡੀਅਨ ਜਿਤਨੇ ਵੀ ਹਮ ਹੈ ਜੀ ਤੋ ਹਮਾਰਾ ਕਾਫੀ ਜਮਾਰੀ ਪਾਪੂਲੇਸ਼ਨ ਹੈ ਉਹ ਇਨ ਏਰੀਆਜ਼ ਮੇਂ ਕੰਟੇਨ ਹੈ ਆਪਕਾ ਸਾਊਥ ਈਸਟ ਹੋ ਗਿਆ ਸਾਊਥ ਵੈਸਟ ਹੋ ਗਿਆ ਸਾਊਥ ਈਸਟ ਮੇਂ ਪ੍ਰਾਇਮਰੀਲੀ ਜ਼ਿਆਦਾ ਹੈ ਜੀ ਹਮ ਜਬ ਵੀ ਮੈਂ ਵੀ ਜਬ ਯਹਾਂ ਪਰ ਆਇਆ ਥਾ ਆਮ ਸ਼ੋਰ ਆਪ ਵੀ ਜਬ ਆਏ ਥੇ ਤੋ ਹਮ ਜ਼ਿਆਦਾਤਰ ਹਮ ਲੋਰਲ ਮੇਂ ਹੀ ਜਾਤੇ ਹੈ ਕਿਉਂਕਿ ਵਹਾਂ ਪੇ ਹਮਾਰਾ ਪੂਰਾ ਹਬ ਬਣਾ ਹੁਆ ਹੈ ਰਾਈਟ ਤੋ ਐਸੇ ਹੀ ਲੋਰਲ ਹੋ ਗਿਆ ਟੈਮਰੈਕ ਹੋ ਗਿਆ ਮੇਪਲ ਹੋ ਗਿਆ ਵਾਕਰ ਸਮਰਸਾਈਡ ਅਰੋਰਾ ਔਰਚਿਡਸ ਤੋ ਇਹ ਜੋ ਸਾਰੇ ਏਰੀਆਜ਼ ਨੇ ਕਾਫੀ ਪਾਪੂਲਰ ਹੈ ਔਰ ਇਨਕੀ ਡਿਮਾਂਡ ਬਹੁਤ ਜ਼ਿਆਦਾ ਹੈ ਆਜ ਕੀ ਰੇਟ ਪੇ ਹਮਾਰੀ ਆਪਣੀ ਕਮਿਊਨਿਟੀ ਮੇਂ ਸਪੈਸ਼ਲੀ ਕਿਉਂਕਿ ਜਬ ਵੀ ਕੋਈ ਨਿਆ ਯਹਾਂ ਪਰ ਆਤਾ ਹੈ ਚਾਹੇ ਉਹ ਪ੍ਰੋਵਿੰਸ ਦੂਸਰੇ ਪ੍ਰੋਵਿੰਸ ਸੇ ਆ ਰਹਾ ਹੋ ਚਾਹੇ ਉਹ ਇੰਡੀਆ ਸੇ ਆ ਰਹਾ ਹੋ ਚਾਹੇ ਉਹ ਕਹੀਂ ਸੇ ਵੀ ਆ ਰਹਾ ਹੋ ਯੂਜਲੀ ਉਹ ਚਾਹਤੇ ਹੈ ਕਿ ਹਮ ਇਨ ਏਰੀਆਜ਼ ਮੇਂ ਹੀ ਘਰ ਲੇਂ ਹਮਾਰੇ ਜੋ ਆਪਣੇ ਇੰਡੀਅਨ ਸਟੋਰਸ ਮੇਂ ਹੈ ਹਮਾਰਾ ਜੋ ਗਰੋਸਰੀ ਦਾ ਸਾਰਾ ਸਮਾਨ ਹੈ ਉਹ ਇਨ ਜਗ੍ਹਾਓਂ ਪੇ ਕਾਫੀ ਜ਼ਿਆਦਾ ਮਿਲਤਾ ਹੈ ਈਜ਼ੀਲੀ ਐਕਸੈਸਿਬਲ ਹੋਤਾ ਹੈ ਬਿਲਕੁਲ ਕਿਉਂਕਿ ਅਸੀਂ ਪ੍ਰੈਫਰ ਕਰਦੇ ਹਾਂ ਵੀ ਸਾਨੂੰ ਜਿੱਦਾਂ ਆਪਣੇ ਜਿਹੜੇ ਸਾਡੇ ਗਰੋਸਰੀ ਦੀ ਗੱਲ ਹੁੰਦੀ ਹੈ ਵੀ ਸਾਨੂੰ ਨਜ਼ਦੀਕ ਮਿਲ ਜਾਵੇ ਬਿਲਕੁਲ ਜੀ ਰਾਈਟ ਤੇ ਇਹਦੇ ਵਿੱਚ ਅਸੀਂ ਗੱਲ ਕਰਦੇ ਜੇ ਘਰਾਂ ਦੀ ਗੱਲ ਕਰੀਏ ਕਿਸ ਤਰ੍ਹਾਂ ਦੇ ਘਰ ਇੱਥੇ ਅਵੇਲੇਬਲ ਹੈ ਨੇ ਕੀ ਪ੍ਰਾਈਸ ਵਾਈਜ਼ ਵੀ ਕੀ ਇੱਥੇ ਡਿਵਾਈਡ ਹੈਗਾ ਵੀ ਹਾਂ ਇਹ ਪ੍ਰਾਈਸ ਇੱਥੇ ਮਹਿੰਗਾ ਹੈਗਾ ਇੱਥੇ ਸਸਤਾ ਹੈਗਾ ਇੱਥੇ ਮਹਿੰਗਾ ਤੇ ਸਸਤਾ ਦੇਖੀ ਡਿਪੈਂਡ ਕਰਤਾ ਹੈ ਇੰਡੀਵਿਜੁਅਲ ਕੀ ਕੀ ਰਿਕੁਆਇਰਮੈਂਟ ਹੈ ਕੀ ਬਜਟ ਹੈ ਉਸਕੇ ਹਿਸਾਬ ਸੇ ਹਮ ਕੁਝ ਏਰੀਆ ਸਜੈਸਟ ਵੀ ਕਰਤੇ ਹੈ ਕਲਾਇੰਟਸ ਕੋ ਬਟ ਇੱਕ ਵਾਰ ਹਮੇ ਕੁਝ ਬਜਟਿੰਗ ਕੇ ਬਾਰੇ ਮੇਂ ਕੁਝ ਆਈਡੀਆ ਹੋ ਪਤਾ ਹੋ ਕਿ ਉਨਕਾ ਕਿਤਨਾ ਉਹ ਸਪੈਂਡ ਕਰਨਾ ਚਾਹਤੇ ਹੈ ਜਿਤਨਾ ਵੋ ਉਨਕੀ ਅਫੋਰਡੇਬਿਲਿਟੀ ਉਨਕੋ ਅਲਾਉ ਕਰਤੀ ਹੈ ਘਰ ਕੇ ਇੰਸਟਾਲਮੈਂਟਸ ਕੋ ਅਫੋਰਡ ਕਰਨਾ ਤੋ ਉਸਕੇ ਹਿਸਾਬ ਸੇ ਦੇਖੀਏ ਟਿਪਿਕਲੀ ਅਗਰ ਆਪ ਮੇ ਬੀ ਵਿਲ ਸਟਾਰਟ ਵਿਦ ਲੋਰਲ ਜੈਸਾ ਮੈਨੇ ਆਪਕੋ ਬਤਾਇਆ ਕਾਫੀ ਪਾਪੂਲਰ ਏਰੀਆ ਹੈ ਹਮਾਰੀ ਆਪਣੀ ਕਮਿਊਨਿਟੀ ਮੇਂ ਤੋ ਲੋਰਲ ਮੇਂ ਦੇਖੀਏ ਕੌਂਡੋਸ ਵੀ ਹੈ ਟਾਊਨ ਹੋਮਸ ਵੀ ਹੈ ਜੈਸਾ ਹਮਨੇ ਪਿਛਲੇ ਸ਼ੋਅ ਮੇਂ ਵੀ ਬਾਤ ਕੀਆ ਥਾ ਜੀ ਹਮ ਵੋ ਸਾਰੇ ਕੈਟੇਗਰੀਜ਼ ਹੋਤੀ ਹੈ ਘਰੋਂ ਕੀ ਤੋ ਕੌਂਡੋ ਜੋ ਹੈ ਵੋ ਟਿਪਿਕਲੀ ਯਹਾਂ ਪੇ 200 ਸੇ 240 ਤੱਕ ਕੇ ਬੀਚ ਮੇਂ ਸਟਾਰਟ ਹੋਤੇ ਹੈ ਟਾਊਨ ਹੋਮ ਜੋ ਹੈ ਦੇ ਆਰ ਅਬਾਊਟ 270 ਟੂ ਅਬਾਊਟ 320 ਜੀ ਔਰ ਜੋ ਆਪਕੀ ਡੁਪਲੈਕਸਿਸ ਹੋਤੇ ਹੈ ਵਿਚ ਇਜ਼ ਅ ਵੈਰੀ ਵੈਰੀ ਪਾਪੂਲਰ ਪ੍ਰੋਡਕਟ ਅਮੰਗ ਪੀਪਲ ਵੋ ਸਟਾਰਟ ਹੋਤਾ ਟਿਪਿਕਲੀ ਆਪਕਾ 325 330 ਸੇ ਲੇ ਕੇ
उसके बाद आपके सिंगल फैमिली होम्स आ जाते हैं जो डबल गैराज अटैच्ड होता है फ्रंट पे सिंगल फैमिली होती है स्टैंड अलोन प्रॉपर्टी होती है ज्यादा डिमांडिंग घर केड़े होते हैं मतलब कि एक होंदा ना भी जी इस तरह के घर ने जो लोग ज्यादा लाइक करते हैं डुप्लेक्स बहुत पॉपुलर कैटेगरी है देखिए इसके दो रीजन है एक तो चलो पहली चीज तो अफोर्डेबिलिटी और दूसरा रीजन है कि जो हमारे अल्बर्टा प्रोविंस में लास्ट 5-6 सालों में जो रिसेशन रहा है उसकी वजह से जो लोगों की अफोर्डेबिलिटी है ज्यादातर वो लोग प्रेफर करते हैं कि हम कुछ ऐसा ले सकें जो इजीली अफोर्डेबल हो और कल को जाके आप उसको फ्लिप भी कर सकें रियल एस्टेट इन्वेस्टमेंट देखिए आप हमेशा चाहेंगे कि आप कुछ कमा के ही निकले उसमें से जी 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 तो जो हमारा डुप्लेक्स प्रोडक्ट है विच स्टार्ट्स बिटवीन 320 टू अबाउट 350-360 वो सबसे पॉपुलर है आज की रेट पे आप कोई भी कम्युनिटी ले सकते हैं जैसा मैंने आपको कहा लॉरेल में भी वो प्रोडक्ट अवेलेबल है टैमरैक में भी है मेपल में भी है और अगर आप जो हमारा एंथनी हिंडे है जो हमारे पूरे मिटन शहर को बेसिकली कवर करता है बाहर से उसके अगर आप साउथ भी जाते हैं तो वहां पे हम चार्ल्सवर्थ आ गया आपका वॉकर आ गया तो इन सारे एरियाज में डुप्लेक्स एक ऐसा प्रोडक्ट है जिसकी डिमांड काफी ज्यादा है और बिकता भी है जी देखिए दो हैं एक तो डुप्लेक्स भी हो गया जी और एक आपका हो गया लेन होम लेन होम होता है जिसमें आपका सिंगल फैमिली स्टैंड अलोन प्रॉपर्टी होती है बट उसमें गैराज जो होता है वो पीछे होता है फ्रंट पे अटैच नहीं होता okay, ना दे भी प्राइस जड़े है ने, इकोनॉमिक ठीक रहते हैं हाँ जी इनके भी जो प्राइसिंग होते हैं वो डुप्लेक्स के आसपास ही होते हैं चाहे आपका डुप्लेक्स हो गया फ्रंट गैराज के साथ डुप्लेक्स जो होता है वो दो घर अटैच होते हैं विद कॉमन वॉल जी और जो लेन होम होता है उसमें आपका जो घर है वो स्टैंड अलोन है बट गैराज आपका फ्रंट की जगह पीछे होता है जी बिल्कुल तो हाँ जी तो बिल्कुल दोस्तों इस तरह के घर के उत्ते असीं गलबात कर रहे हैं खास करके अज साउथ एडमिंटन की गल की जा रही है तुसीं कोई भी घर लेना चाहते हो जरूर तुसीं तुषार जी दे नाल जिहड़ा है राबता कायम कर सकते हो उन्होंने आके मिल सकते हो इन्हां दे ऑफिस दे विच विजिट कर सकते हो इन्हां नूं ईमेल फेसबुक या इन्हां दे जिहड़े हैगे चैनल नूं तुसीं सबसक्राइब कर सकते हो उस तो वड्डी गल कि असीं इन्हां नाल वायदा लिया होया कि साडे इस प्रोग्राम दे राहीं रैगूलर आके तुहानूं जिहड़ी इनफॉर्मेशन दिंदे रहांगे तुसीं कोई सवाल पुछना चाहते हो कित्थे घर लैणा चाहते हो कोई क्वेरी करना चाहते हो सानूं नीचे कमेंट करो ताकि तुहाडे सवालों के जवाब साडे असीं तुषार जी तों लै सकीए इह इक रियल्टर ने एक अच्छे रिनोन्ड रियल्टर ने जिहड़े कि ਤੁਸੀਂ ਕਿਤੇ ਨਾ ਕਿਤੇ ਇਹਨਾਂ ਨੂੰ ਜ਼ਰੂਰ ਜਾਣਦੇ ਹੋਵੋਗੇ ਤਾਂ ਤੁਸੀਂ ਕੋਈ ਵੀ ਸੇਵਾਵਾਂ ਲੈਣਾ ਚਾਹੁੰਦੇ ਹੋ ਇਹਨਾਂ ਤੋਂ ਘਰ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਇਹ ਤੁਹਾਡੀ ਹਰ ਇੱਕ ਤਰ੍ਹਾਂ ਦੇ ਨਾਲ ਹਰ ਇੱਕ ਜਿਹੜੀ ਹੈਗੀ ਹੈ ਤੁਹਾਡੇ ਬਜਟ ਦੇ ਵਿੱਚ ਇਹ ਹੈਲਪ ਕਰ ਸਕਦੇ ਨੇ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸਾਡਾ ਯੂਟਿਊਬ ਚੈਨਲ ਜਿਹੜਾ ਹੈਗਾ ਹਨੀ ਵਾਲੀਆਂ ਸ਼ੋਜ਼ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਜਿਹੜੀ ਰੋਜ਼ਾਨਾ ਸਾਡੀ ਜਿਹੜੀਆਂ ਵੀਡੀਓਜ਼ ਆ ਰਹੀਆਂ ਨੇ ਉਹ ਤੁਹਾਨੂੰ ਦਿਖਦੀਆਂ ਰਹਿਣ ਫੇਸਬੁੱਕ ਪੇਜ 'ਤੇ ਵੀ ਤੁਹਾਨੂੰ ਮਿਲਦੇ ਰਹਿਣ ਨਵੇਂ ਘਰਾਂ ਦੀ ਅਗਰ ਆਪਾਂ ਗੱਲ ਕਰੀਏ ਕੀ ਪ੍ਰੈਫਰ ਕਰਦੇ ਨੇ ਲੋਕੀ ਕਿ ਹਰ ਬੰਦਾ ਚਾਹੁੰਦਾ ਤਾਂ ਹੈ ਵੀ ਚਲੋ ਜੇ ਮੈਂ ਇੱਥੇ ਘਰ ਲੈਣਾ ਤਾਂ ਮੈਂ ਪ੍ਰੈਫਰ ਕਰਾਂ ਵੀ ਮੈਂ ਨਵਾਂ ਘਰ ਹੀ ਲਵਾਂ ਕੀ ਨਵੇਂ ਘਰ ਵੀ ਅਫੋਰਡੇਬਲ ਰਹਿੰਦੇ ਨੇ ਲੋਕਾਂ ਦੇ ਲਈ ਜਾਂ ਕਈ ਲੋਕ ਸੋਚਦੇ ਨੇ ਵੀ ਨਵੇਂ ਸਾਨੂੰ ਮਹਿੰਗੇ ਪੈਣਗੇ ਜਾਂ ਪੁਰਾਣੇ ਸਸਤੇ ਪੈਣਗੇ ਇਹਦੇ ਵਿੱਚ ਵੀ ਕੋਈ ਲੱਗਦਾ ਕਨਫਿਊਜ਼ਨ ਹੁੰਦੀ ਹੈ ਨਹੀਂ ਦੇਖਿਓ ਅੱਜ ਕੀ ਮਾਰਕੀਟ ਦੇ ਹਿਸਾਬ ਸੇ ਅਗਰ ਚਲਾ ਜਾਏ ਤਾਂ ਨਵੇਂ ਘਰੋਂ ਕਾਫੀ ਈਜ਼ੀਲੀ ਅਫੋਰਡੇਬਲ ਹੈ ਨਵੇਂ ਘਰੋਂ ਵੀ ਥੋੜਾ ਸਾ ਪੀਸ ਆਫ ਮਾਈਂਡ ਵੀ ਮਿਲਦਾ ਲੋਕਾਂ ਨੂੰ ਕਿਉਂਕਿ ਉਹ ਕਹਿੰਦੇ ਆ ਯਾਰ ਹਮੇ ਵਾਰੰਟੀ ਮਿਲਤੀ ਹੈ ਜੋ ਨਿਊ ਹੋਮ ਵਿਲ ਬਟਾ ਵਾਰੰਟੀ ਹੈ ਆਪਕੋ 10 ਸਾਲ ਕੀ ਵਾਰੰਟੀ ਦੇਤੀ ਹੈ ਨਵੇਂ ਘਰੋਂ ਜੀ ਬਟ ਦੇਖਿਓ ਜੋ ਸਭ ਤੋਂ ਵੱਡਾ ਰਿਕੁਆਇਰਮੈਂਟ ਹੈ ਜੋ ਮੈਂ ਆਪਣੇ ਸਾਰੇ ਕਲਾਇੰਟ ਸੇ ਜਬ ਸਭ ਤੋਂ ਪਹਿਲੀ ਵਾਰ ਮਿਲਤਾ ਹੂੰ ਉਨਸੇ ਪੁੱਛਤਾ ਹੂੰ ਵੋ ਹੋਤਾ ਹੈ ਲੋਕੇਸ਼ਨ ਪ੍ਰੈਫਰੈਂਸ देखिए लोकेशन हमारे रियल एस्टेट इंडस्ट्री में लोकेशन एंड प्राइस दे आर द टू मोस्ट इंपॉर्टेंट फैक्टर्स तो लोकेशन सबसे बड़ी चीज मानी जाती है कई बार मेरे कुछ क्लाइंट्स की रिक्वायरमेंट होती है कि भाई हमारा बेटा जो है वो स्कूल में जाता है तो हमें एक सर्टेन नेबरहुड में जाना है अब उस नेबरहुड में क्या पता जो आपकी जमीनें होती हैं वो नेबरहुड 4-5-6 साल पुराना होता है वहां पे सारी जमीनें डेवलप हो चुकी हैं घर बन चुके हैं तो वहां हमें रीसेल ही मिलेगा वहां शायद हमें ब्रांड न्यू ना मिले कई बार कहते हैं नहीं हमारी कोई ऐसी रिक्वायरमेंट नहीं है आप एरियाज हमारे ओपन आप हमें नए घर ही दिखाइए तो लास्ट अगर मैं आपको 2-3-4 साल का अगर मैं आपको एवरेज बताऊं मैंने इंटरेस्ट देखा है थोड़ा सा ट्रिप हो रहा है नए घरों की तरफ जी क्योंकि एक तो अफोर्डेबिलिटी बहुत अच्छी है और जो बिल्डर्स हैं वो प्रोमोज वगैरह काफी ऑफर कर रहे हैं प्रोमोज में मैं आपको बताऊंगा जैसे जो आपका लैंडस्केपिंग हो गया यहाँ पे फ्रंट एंड बैक आपका टेक हो गया आपके विंडो ब्लाइंड्स हो गए अपग्रेडेड अप्लायंसेस हो गए तो ये जो चीजें हैं ऑफर्स दे रहे हैं भी अट्रैक्ट कर रहे हैं बिल्कुल और ये चीजें काफी प्रमोट करता है न्यू होम मार्केट को और इस टाइम नए घरों की मार्केट इवन दो हमारा अल्बर्टा रिसेशन में है रिसेशन में था लास्ट कुछ टाइम से जी उसकी वजह से भी कुछ बिल्डर्स जो फंसे हुए हैं जिनकी इन्वेंट्री अभी इस टाइम है मार्केट में वो निकाल नहीं पा रहे हैं तो उनकी डील्स वगैरह भी ज्यादा बेटर मिल जाती है आपको अगर आप कंपेयर करेंगे रीसेल घरों से जी देखिए रीसेल घर में क्या होता है अगर आप बाय करते हैं प्रॉपर्टी आपने 3 साल पहले बाय करी है फॉर अ सर्टेन प्राइस 3 साल में मार्केट गिर के नीचे आ गई है जी तो देखिए एक लेमन जो है आप या मैं हो गए अगर हम घर खरीदते हैं तो हम तो एक कुछ नुकसान लेके घर को दोबारा
बेच सकते हैं right. हम बहुत ज्यादा नहीं दे सकते जी. तो ये जो रूम है बिल्डर्स के पास ज्यादा होता है. अगर बिल्डर्स घर बनाते भी हैं अपनी कॉस्ट को देखते हुए उनको लगता है मार्केट गिर गई है 1% 2% तो वो अपना मार्जिन कम कर लेंगे. उनके पास मार्जिन का ना जो स्कोप होता है वो ज्यादा होता है right. तो वो अपना मार्जिन कम करके घर को सस्ते में भी बेच देते हैं. रीसेल लोग नहीं बेच सकते हैं क्योंकि हमारी एक सर्टन इक्विटी होती है घर के अंदर. हमने कुछ डाउन किया होता है कुछ फीस वगैरह होती है उसके अलावा हमें लगता है नहीं मुझे तो अपने पॉकेट पैसा डालना पड़ेगा घर को बेचने के लिए. तो उसकी वजह से मैं ये कहना चाह रहा हूँ यहाँ पे कि जो जब आप घर देखने जाते हैं बाहर मार्केट में तो रीसेल घर आपको कहीं पर लगेंगे कि यार ये तो ब्रांड न्यू से भी एक्सपेंसिव है जी. वो इसलिए है क्योंकि उन्होंने घर बाय किया था एट अ सर्टेन प्राइस पॉइंट. दे कैन अफोर्ड टू सेल इट फॉर एनी लेस देन व्हाट दे पेड फॉर इट. उनकी डाउन पेमेंट भी उनको रिकवर करनी है जी. Whereas, ये जो सारा मसला होता है ये आपके नए घरों में नहीं होता है. जी, क्योंकि नए घरों में अगर बिल्डर के पास मार्जिन है 70,000 का 80,000 का जी वो 40 में भी बेच देगा 30 में भी बेच देगा. डिपेंड करता है वो कितने टाइम से उस प्रॉपर्टी के ऊपर बैठा हुआ है. राइट ये चीज बिल्कुल क्योंकि दोस्तों लोग जिदा नवे घर प्रेफर करते हैं. बाकी थोड़े बड़े सवाल हैं साढ़े कोले उन्होंने असं जरूर पूछते रहेंगे क्योंकि नवे घर का यह फायदा जरूर है कि तुहानू कितने ना कितने डिस्काउंट या कितने ना कितने ऑफर्स तुहानू मिलते रहेंगे. उहदे लई तुहानू जिहड़ा हैगा कि तुहानू इधर उधर भटकन की लोड़ नहीं हैगी. तुहानू जिहड़ी हैगी ने तुषार भुटानी जी तो हर एक तरह के घर की सर्विसिज. अच्छा सर जेकर आप गल करिए तुसीं किसी बंदे की हुंदा भी कई लोगों की है कि भी जी ये तो एक लिमिटेड घर ही दिखाएंगे. थोड़ा की एक्सपीरियंस है भी थोड़े कोले कोई अगर कोई क्लाइंट आता कोई घर लैण वाला आता है तो उहदे लई तुहाडे कोले हर एक तरह की ऑप्शन अवेलेबल होती है. तुसीं उन्हां नूं हर एक तरह का गाइड करते हो. बिल्कुल जी. जैसा मैंने आपको बताया जब हम पहली बार क्लाइंट से मिलते हैं तो हमारा सबसे पहला प्रेफरेंस हो जाता है देखिए लोकेशन का. सेकंड हमारा रहता है कि हम उनसे समझें कि वो क्या चाह रहे हैं बाहर मार्केट में किस तरह की प्रॉपर्टी लेना चाह रहे हैं कौन सी लोकेशन में लेना चाह रहे हैं. तो देखिए हम भी जो है वी कैन ओनली शो अ सर्टेन लिमिटेड नंबर ऑफ प्रॉपर्टीज. आप चाहेंगे तो हम आपको सबको दिखा सकते हैं जो जो मार्केट में अवेलेबल है हम सब दिखा सकते हैं. बट मैंने जो एक्सपीरियंस किया है लास्ट कुछ सालों में वो ये है कि अगर आप बहुत ज्यादा ऑप्शन भी आप क्लाइंट्स को देते हैं और अगर आप बहुत कुछ दिखा देते हैं बाहर मार्केट में एक टेंडेंसी होती है पब्लिक की बायर्स की कि वो कंफ्यूज हो जाता है. तो उससे बेटर है कि मैं अपनी फर्स्ट मीटिंग में सेकंड मीटिंग में थर्ड मीटिंग में मैं उनके साथ बैठ के डिटेल में बात करता हूँ कि रिक्वायरमेंट की है लोकेशन घर की प्रेफरेंस बजट. तो ये चीजें समझ के फिर उनको वही दिखाओ जो उनके क्राइटेरिया उनके रिक्वायरमेंट साथ मैच करता है. तो उसमें अगर उनके क्राइटेरिया में अगर वो 20 प्रॉपर्टीज हैं तो मैं 20 भी दिखा दूंगा 40 है मैं 40 भी दिखा दूंगा. और अगर सिर्फ 4 हैं जी तो अनफॉर्चुनेटली वो 4 दिखाऊंगा उसके प्रोज कॉन्स प्लस माइनस सारा डिस्कस करके जो उनके लिए सबसे अच्छा ऑप्शन वर्कआउट करेगा. देखिए मैं हर कोई रिएक्टर यही बोलेगा कि हम सबसे अच्छे हैं मेरे से अच्छा कोई नहीं है हम बहुत अच्छा काम करते हैं. मैं वो तो नहीं बोलना चाहूंगा बट मैं ये जरूर कहूंगा कि हमारी इंडस्ट्री में क्योंकि ये सेल्स फोकस्ड है कस्टमर सर्विस फोकस्ड है right. तो देखिए हमें पेशेंट रहना बहुत जरूरी है क्योंकि ये हमारे बायर्स के लिए ऐसा डिसीजन है जो शायद अपनी लाइफ टाइम पे एक बार लेंगे और शायद अगर अभी ले रहे हैं तो अगले 15-10 साल तक वो उसके साथ स्टक है. तो हमें ये समझना बहुत जरूरी है कि उनको टाइम लगेगा समझने में उनको कि भाई ये इंडस्ट्री कैसे काम करती है मैं कहाँ पे प्रॉपर्टी लूँ इसके प्लसेस माइनसेस क्या हैं. तो हमें वी हैव टू बी पेशेंट. ये मैंने चीज बहुत जल्दी अपने करियर में लर्न करी कि और अगर इस इंडस्ट्री में सर्वाइव आपने करना है तो आप पुशी नहीं हो सकते हैं बिल्कुल. आपको अपने क्लाइंट्स को इनफ टाइम देना सो दे कैन मेक अ वेल इन्फॉर्म डिसीजन. जी बिल्कुल. ये सर एक होर सवाल आंदा भी जिदा तुम चलो अपने एक्सपीरियंस के नाल उन्होंने एक प्रॉपर गाइड कर दो. ਜਦੋਂ ਇੱਕ ਕੋਈ ਫਸਟ ਟਾਈਮ ਬਾਇਰ ਆਉਂਦਾ ਜਾਂ ਉਹ ਬਿਲਕੁਲ ਲੇਮੈਨ ਹੁੰਦਾ ਉਹਨੂੰ ਨਹੀਂ ਪਤਾ ਹੁੰਦਾ ਵੀ ਘਰ ਮੈਂ ਆਉਣਾ ਉਹਨੇ ਸੋਚਿਆ ਹੁੰਦਾ ਵੀ ਮੈਂ ਘਰ ਲੈਣਾ ਲੇਕਿਨ ਉਹ ਜਿੱਦਾਂ ਤੁਸੀਂ ਦੱਸਿਆ ਵੀ ਅਗਰ ਉਹ 20 ਘਰ ਦੇਖਦਾ ਤੇ ਉਹਨੂੰ ਸ਼ਾਇਦ ਉਹਨਾਂ ਨੂੰ 10 ਘਰ ਪਸੰਦ ਆ ਜਾਂਦੇ ਨੇ ਉਹਦੇ ਵਿੱਚ ਕੀ ਆਪਾਂ ਕਨਫਿਊਜ਼ ਹੋ ਜਾਂਦਾ. ਤੁਹਾਨੂੰ ਕੀ ਲੱਗਦਾ ਕਿ ਕੁਛ ਜਿਹੜੇ ਬਾਇਰ ਨੇ ਉਹਨਾਂ ਦੇ ਵਿੱਚ ਤੁਹਾਨੂੰ ਲੱਗਦਾ ਵੀ ਉਹ ਇਹ ਚੀਜ਼ਾਂ ਨੂੰ ਪਹਿਲਾਂ ਹੀ ਥੋੜਾ ਜਿਹਾ ਧਿਆਨ ਕਰਕੇ ਜਾਣ ਜਾਂ ਉਹਨਾਂ ਦੇ ਵਿੱਚ ਕਮੀਆਂ ਕੀ ਲੱਗਦੀਆਂ ਨੇ ਇਹ ਵੀ ਤੁਹਾਨੂੰ ਲੱਗਦਾ ਵੀ ਯਾਰ ਉਹ ਇਹ ਲੋਕੀ ਕਈ ਗਲਤੀਆਂ ਕਰ ਲੈਂਦੇ ਨੇ ਬਾਅਦ ਦੇ ਵਿੱਚ ਉਹ ਪਛਤਾਉਂਦੇ ਨੇ ਵੀ ਯਾਰ ਵੀ ਮੈਂ ਤਾਂ ਇਹ ਗਲਤੀ ਕਰ ਚੁੱਕਿਆ. ਤੁਹਾਨੂੰ ਲੱਗਦਾ ਕੁਛ ਵੀ ਇਹ ਚੀਜ਼ਾਂ ਉਹਨਾਂ ਨੂੰ ਧਿਆਨ ਦੇ ਵਿੱਚ ਜਦੋਂ ਕੋਈ ਬਾਏ ਕਰਨਾ ਚਾਹੀਦਾ ਤੇ ਇਹ ਚੀਜ਼ਾਂ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣੀਆਂ ਜ਼ਰੂਰੀ ਨੇ. बिल्कुल जी. एक लिस्ट हम बना लेते हैं कि सबसे ज्यादा आपके लिए इंपॉर्टेंट क्या है right. तो उसके हिसाब से फिर हम जब भी प्रॉपर्टी में जाते हैं देखिए बहुत इंपॉर्टेंट होता है क्योंकि आप अगर एक ट्रिप में आप 6 या 10 घर देख रहे हैं right. तो आप जब बाय द टाइम यू आर डन लुकिंग एट दोस होम्स एंड ऑफ द डे आपको याद नहीं रहता आपने पहले 1-2 घर 3 घर क्या देखे थे क्या right. तो उसके हिसाब से आई थिंक मेरे साथ एक प्रैक्टिस है जो मैं करता हूँ अपने क्लाइंट्स के लिए कि हम जब भी घरों में जाते हैं शोइंग्स में तो आई मेक श्योर दैट आई राइट नोट्स ऑन इट. तो मैं अपने क्लाइंट के हिसाब से फिर जब हम 5-6-10-15 घर एक बार देख भी देते हैं फिर हमके साथ बैठ के हम डिस्कस करते हैं देखिए इस घर पे ये चीज है जो आपके लिए वर्कआउट करेगी जैसा आपने हमें बताया था स्टार्टिंग में ये चीज इसके लिए नुकसानदायक है आपको आगे जाके हर्ट कर सकते हैं आपकी वैल्यू को तो ये चीज का आप ध्यान रखिएगा. फिर उसके हिसाब से देखिए हम क्योंकि वो तो पहली बार आए मार्केट में बट हम तो रियल एस्टेट में है तो हमें पता होता है कि कौन सी चीज हमें
किस टाइम पे मेंशन करनी है अपने क्लाइंट को कि वो वेल इन्फॉर्म्ड डिसीजन ले सकें. कल को जाके, कल को अगर उन्होंने हमारे कहने में कोई प्रॉपर्टी ले ली और कल को जाके उनको उस पे नुकसान हुआ, एंड ऑफ द डे ब्लेम तो देखिए हमारे ऊपर भी आ सकता है, राइट? क्योंकि हमने उनको ठीक सजेशन, क्योंकि बिजनेस भी सर रेफरल बेस्ड बिजनेस है, अगर तो बिल्कुल एक अंदा वधिया हेल्प करोगे वो थोड़ा 10 देंगे 15 देंगे, राइट? बिल्कुल जी. और देखिए अच्छा काम करने में फिर भी आपको 5 रेफरल्स मिल जाएंगे, बट अगर आप गंदा काम करेंगे, अगर आप अपने क्लाइंट को खुश नहीं रखेंगे, वो आगे 20 लोगों को बताएगा, 20 आगे 40 को बताएगा. देखिए गलत काम बहुत जल्दी फैलेगा, अच्छा काम भी फैलता है, टाइम लगता है उसमें, बट अगर आप किसी की गलत बुक्स में आ गए, अगर आपने कुछ गलत काम कर दिया और आपको लग रहा है कि यार मैंने आई स्क्रूड अप दिस क्लाइंट, मेरे से गलती हो गई, देखिए एक्सेप्ट करिए उस चीज को. तो हम भगवान तो देखिए कोई भी नहीं है यहाँ पे, हर एक से गलती होती है, राइट? अगर आपसे कोई गलती होती भी है, आई वुड ओपनली एक्सेप्ट इट कि भाई हाँ मैंने ये चीज का ध्यान नहीं रखा, आई एम सॉरी फॉर इट, आई विल समहाउ कवर इट. तो बट हमारी जो इंडस्ट्री है, आप जैसा कह रहे हैं, इट्स रियल एस्टेट इंडस्ट्री, ये कार नहीं है जो हमने खरीद के दो साल में ट्रेडिंग की, क्योंकि बहुत बड़ी इन्वेस्टमेंट होती है, हार्ड एंड मनी है वो, ये थोड़ी कल 10-15 साल के लिए इन्वेस्टमेंट है, 5% डाउन कर रहे हैं, 10% डाउन कर रहे हैं, डिपेंड करता है वो आपका सेव किया वो पैसा है जो आप शायद लास्ट एक साल से दो साल से सेव कर रहे हैं. तो डेफिनेटली हमारा हमेशा कोशिश ये रहती है, क्योंकि हम एक्सपर्ट्स हैं, मार्केट में बैठे हैं इतने सालों से, हम देख रहे हैं रोज की क्या डील्स आती हैं, क्या नहीं आती हैं, क्या हमने कॉन्ट्रैक्ट में कंडीशंस डालने होते हैं, टर्म्स डालने होते हैं जो हमारे क्लाइंट को एंड ऑफ द डे प्रोटेक्ट करेगा जी. तो वो चीजें वी मेक श्योर कि हम अपने क्लाइंट को रिप्रेजेंट कर रहे हैं. तो हमें अपने अपने अगर हमें आ रहा क्लाइंट हमें यूज कर रहा है, वी हैव टू शो द वैल्यू इन इट, राइट? तो उसका देखिए एफर्ट हमेशा रहता है, डेफिनेटली. अच्छा सर, एक जड़ी प्रॉपर्टी लैंड ਦੇ ਵਿੱਚ ਇੱਕ ਤਾਂ ਹੁੰਦੀ ਹੈ ਵੀ ਘਰ ਦੀ ਗੱਲ ਹੋ ਗਈ, ਵੀ ਇਹ ਘਰ ਅਸੀਂ ਲੈ ਲਿਆ, ਵੀ ਮੰਨ ਲਓ 5 ਲੱਖ ਦਾ ਲੱਗਿਆ, 3 ਲੱਖ ਦਾ ਲੱਗਿਆ, 2 ਲੱਖ ਦਾ ਲੱਗਿਆ, ਉਸ ਤੋਂ ਇਲਾਵਾ ਵੀ ਕੁਝ ਐਕਸਟਰਾ ਜਿਹੜੇ ਖਰਚੇ ਹੁੰਦੇ ਨੇ, ਇੱਕ ਘਰ ਲੈ ਲਿਆ ਵੀ ਉਹਨਾਂ ਨੇ ਡੀਲ ਕੀਤੀ ਵੀ ਮੈਂ 5 ਲੱਖ ਦਾ ਜਾਂ 3 ਲੱਖ ਦਾ ਘਰ ਮੇਰੀ ਡੀਲ ਹੋ ਗਈ, ਇਸ ਤੋਂ ਇਲਾਵਾ ਵੀ ਜਿੱਦਾਂ ਕੋਈ ਡਾਕੂਮੈਂਟੇਸ਼ਨ ਜਾਂ ਰਜਿਸਟਰੀ ਦੇ ਜਾਂ ਕੁਝ ਉਦਾਂ ਦੇ, ਇੱਥੇ ਕੀ ਫਾਰਮੈਲਿਟੀਜ਼ ਚੱਲਦੀਆਂ? यहाँ पे जब आप टिपिकली हम मे भी नए घरों की बात करते हैं, जी, जी, जब आप नया घर बाय करते हैं तो देखिए आपको अकाउंट करना पड़ता है घर की, जब सिर्फ एक डाउन पेमेंट करके आपकी कॉस्ट खत्म नहीं हो जाती, राइट? डाउन पेमेंट के साथ टिपिकली आपको 1% ऑफ द हाउस प्राइस आपको अपनी क्लोजिंग कॉस्ट दिखानी पड़ती है लेंडर्स को भी, जब आप बैंक के पास जाते हैं लोन लेने के लिए, तो वो भी आपसे मेक श्योर करते हैं कि आपके बैंक में 1% अपार्ट फ्रॉम दैट 5% दैट यू पुटिंग अपफ्रंट, आपके पास 1% डाउन पेमेंट, 1% ऑफ द टोटल हाउस प्राइस अलग से पड़ा हो जिससे आपकी क्लोजिंग कॉस्ट कवर हो सके. तो देखिए एक तो क्लोजिंग कॉस्ट होगी, सेकेंड होगी नए घरों में टिपिकली आपकी विंडो ब्लाइंड्स नहीं होती हैं, आपका लैंडस्केपिंग कहीं पर नहीं मिलता है, आपको डेक नहीं मिलता है, तो ये बहुत सारे खर्चे हैं जो आपको काउंट करने पड़ते हैं जी. उसके अलावा जो जहां तक आपकी रजिस्ट्री की बात हुई, रजिस्ट्रेशन की, लैंड टाइटल की, देखिए वो सारी चीजें यहाँ पे लॉयर कवर कर लेता है जी. तो आपके जो मैंने 1% की जो आपको कॉस्ट बता रहा हूँ हाउस प्राइस की, दैट बेसिकली कवर्स ऑल द एक्सपेंसेस रिलेटेड टू द रजिस्ट्रेशन ऑफ द लैंड टाइटल सिटी के ऑफिस में. उसके अलावा तो जैसा मैंने आपको बताया जो बाकी चीजें होती हैं, ओवरहेड्स होते हैं, आपकी घर को आपने सेटअप करना है, तो आप देखिए आपको पीछे की इंप्रूवमेंट्स करनी पड़ेंगी बैकयार्ड की, आपको समर्स पे स्प्रिंग मार्केट में फेंस लगानी पड़ेगी, तो वो सारे खर्चे आपको काउंट करके चलने पड़ते हैं जी. अब वो डिपेंड करता है कि आप कितने बड़े स्केल में करना चाहते हैं, क्या आपकी रिक्वायरमेंट्स हैं, कितना जल्दी आप करना चाहते हैं, तो वो फिर उसके हिसाब से आपको अपना खर्चे करने जो खर्चे होते हैं, होते हैं जी, बिल्कुल जी. 5% के अलावा भी आप अपने एक्सपर्ट से जिससे भी आप काम कर रहे हैं, जो भी आपका रियल्टर है, जो भी आपका कंसल्टेंट है जिसके साथ आप काम कर रहे हैं, इट्स वेरी वेरी इंपॉर्टेंट टू हैव दैट डिस्कशन विद देम कि भाई मेरी जो 5% मैंने डाउन पेमेंट सेव करी है, इसके अलावा मुझे क्या क्या खर्चे आएंगे, एंड आई एम वेरी श्योर जो भी आपका कंसल्टेंट है, जो भी आपके साथ काम कर रहा है, वो आपको क्लियरली डिटेल में बता पाए जी. बिल्कुल, चीज़ें हैं. तो दोस्तों इस प्रोग्राम के विच साडे नाल तुषार पुटानी जी जुड़े हुए हैं, जिहड़े कि टॉप 1% ऑफ रियल एस्टेट एजेंट्स इन एडमिंटन के विच आते हैं. तो एक बहुत वधिया इन्हों का जिहड़ा एक, क्योंकि रैफरल के विच उस तो बाद स्टारिंग रेट के उत्ते जिहड़ा हैगा रीमैक्स एक्सीलेंस, इन्हों एक अवार्ड भी अवार्डड भी ने जिहड़े ये हर दे विचों. तो तुसीं किसी तरह की जिहड़ी हैल्प लैना चाहते हो घर लैण दे विच, तो जरूर तुसीं तुषार जी दे नाल जानकारी लै सकदे, इन्हों मिल सकदे हो. इन्होंने लास्ट टाइम भी दस्सिया सीगा इन्हों का जिहड़ा www.tusharbhutani.ca के उ जाके, इस तो अलावा इन्हों फेसबुक लिंकडिन यूट्यूब चैनल के उत्ते भी इन्हों जुड़ सकते हो. बाकी इन शोज़ के साडा जो शो है हनी वालिया शोज़ HUNNYWALIA शोज़ के उत्ते यूट्यूब चैनल
ਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਾਡੇ ਇਹਨਾਂ ਰੋਜ਼ਾਨਾ ਜਿਹੜੇ ਸਾਡੇ ਸ਼ੋਜ਼ ਨੇ ਉਹ ਤੁਹਾਡੇ ਤੱਕ ਪਹੁੰਚਦੇ ਰਹਿਣ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਕਿਸ ਟੌਪਿਕ ਦੇ ਉੱਤੇ ਗੱਲਬਾਤ ਤੁਸੀਂ ਕਰਨਾ ਚਾਹੁੰਦੇ ਹੋ ਸੁਣਨਾ ਚਾਹੁੰਦੇ ਹੋ ਕਿਸ ਤਰ੍ਹਾਂ ਦੇ ਸਵਾਲ ਹੈਗੇ ਨੇ ਘਰ ਨੂੰ ਲੈ ਕੇ ਇਮੀਗ੍ਰੇਸ਼ਨ ਵੀਜ਼ਾਸ ਨੂੰ ਲੈ ਕੇ ਜਾਂ ਫਿਰ ਤੁਹਾਡਾ ਇੰਸ਼ੋਰੈਂਸ ਨੂੰ ਲੈ ਕੇ ਹਰ ਇੱਕ ਤਰ੍ਹਾਂ ਦੇ ਅਸੀਂ ਟੌਪਿਕ ਇਸ ਪ੍ਰੋਗਰਾਮ ਦੇ ਰਾਹੀਂ ਚਰਚਾ ਦੇ ਵਿੱਚ ਕਰਦੇ ਰਵਾਂਗੇ ਘਰੇ ਬੈਠੇ ਬੈਠੇ ਤੁਹਾਨੂੰ ਫ੍ਰੀ ਆਫ ਕਾਸਟ ਜਿਹੜੀ ਹੈਗੀ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਰਵਾਂਗੇ ਤਾਂ ਇਹਦੇ ਵਿੱਚ ਅਗਰ ਆਪਾਂ ਗੱਲ ਕਰਦੇ ਹਾਂ ਸਰ ਆਪਾਂ ਸਾਊਥ ਸਾਈਡ ਦੀ ਗੱਲ ਕਰ ਰਹੇ ਸੀ ਇਹਦੇ ਨਾਲ ਹੀ ਅਗਰ ਆਪਾਂ ਪੁਰਾਣੇ ਘਰਾਂ ਦੀ ਗੱਲ ਕਰਦੇ ਹਾਂ ਵੀ ਕਿਸੇ ਨੇ ਜਿਹੜਾ ਪੁਰਾਣਾ ਘਰ ਬਾਏ ਕਰਨਾ ਉਹਦੇ ਵਿੱਚ ਨਵੇਂ ਘਰ ਦਾ ਤਾਂ ਤੁਸੀਂ ਦੱਸਿਆ ਕਿ ਚਲੋ 10 ਸਾਲ ਦੀ ਗਰੰਟੀ ਹੈਗੀ ਆ ਉਹਨਾਂ ਨੂੰ ਮਿਲਦੀ ਹੈ ਬਿਲਡਰ ਵੱਲੋਂ ਮਿਲਦੀ ਹੈ ਤੇ ਪੁਰਾਣੇ ਘਰਾਂ ਦੀ ਅਗਰ ਆਪਾਂ ਗੱਲ ਕਰਦੇ ਹਾਂ ਉਹਦੇ ਵਿੱਚ ਜਿਵੇਂ ਕਹਿੰਦੇ ਨਾ ਵੀ ਮੈਨੂੰ ਇੱਕ ਕਿਸੇ ਨੇ ਘਰ ਵੇਚਿਆ ਬਾਅਦ ਦੇ ਵਿੱਚ ਮੇਰੇ ਨਾਲ ਠੱਗੀ ਨਾ ਜਾਵੇ ਵੀ ਘਰ ਦੇਖਿਆ ਕੁਝ ਹੋ ਰਿਹਾ ਵਿੱਚੋਂ ਦੀ ਹੁਣ ਜਿਵੇਂ ਕਹਿੰਦੇ ਨੇ ਵੀ ਕੰਧਾਂ ਦੇ ਵਿੱਚ ਤਾਂ ਕੋਈ ਨਹੀਂ ਜੀ ਵੜਿਆ ਹੈਗਾ ਵੀ ਵਿੱਚੋਂ ਕੋਈ ਦਿੱਕਤ ਨਾ ਹੋਵੇ ਜਿਹੜਾ ਡਿਫੈਕਟਡ ਨਾ ਹੋਵੇ ਕੋਈ ਚੀਜ਼ ਤਾਂ ਉਹਦੇ ਤੇ ਕਿੱਦਾਂ ਮਤਲਬ ਕਿ ਧਿਆਨ ਦੇ ਵਿੱਚ ਰੱਖ ਕੇ ਬੰਦੇ ਨੂੰ ਬਾਏ ਕਰਨਾ ਚਾਹੀਦਾ ਘਰ ਅਗਰ ਪੁਰਾਣਾ ਘਰ ਬਾਏ ਦੇਖੀ ਰੀਸੇਲ ਤੇ ਪੁਰਾਣੇ ਘਰੋਂ ਮੈਂ ਵੀ ਇੱਕ ਪ੍ਰੋਸੈਸ ਹੁੰਦਾ ਤੋ ਜਬ ਆਪ ਪਸੰਦ ਕਰ ਲੈਤੇ ਹੈ ਕੋਈ ਪੁਰਾਣਾ ਘਰ ਔਰ ਆਪਕੋ ਉਸ ਪੇ ਆਫਰ ਡਾਲਨੀ ਹੋਤੀ ਹੈ ਤੋ ਦੇਖੀ ਜਬ ਵੀ ਹਮ ਇੱਕ ਆਫਰ ਕੋਈ ਆਪਕਾ ਪਰਚੇਸ ਕਰਨੇ ਕਾ ਇੰਟੈਂਟ ਹੋਤਾ ਹੈ ਜਬ ਹਮ ਆਫਰ ਡਾਕੂਮੈਂਟ ਬਨਾਤੇ ਹੈ ਉਸ ਪੇ ਹਮ ਕੰਡੀਸ਼ਨਸ ਡਾਲਤੇ ਹੈ ਔਰ ਵੋ ਕੰਡੀਸ਼ਨਸ ਇਸ ਲਈ ਡਾਲੀ ਜਾਤੀ ਹੈ ਕਿ ਹਮ ਆਪਣੇ ਬਾਇਰ ਕੋ ਪ੍ਰੋਟੈਕਟ ਕਰ ਸਕੇ ਔਰ ਉਨਕੇ ਪਾਸ ਇੱਕ ਐਗਜ਼ਿਟ ਕਲੋਜ਼ ਹੋ ਜੀ ਤੋ ਵੋ ਜੋ ਹਮ ਕੰਡੀਸ਼ਨਸ ਡਾਲਤੇ ਹੈ ਦੇਖੀ ਉਸ ਪੇ ਫਾਈਨੈਂਸਿੰਗ ਤੋ ਹੋਤੀ ਹੈ ਵੋ ਤੋ ਰਿਕੁਆਇਰਮੈਂਟ ਹੈ ਯਹਾਂ ਪੇ ਜਬ ਤੱਕ ਆਪਕਾ ਬੈਂਕ ਲੋਨ ਨਹੀਂ ਹੋਗਾ ਆਪ ਆਫਕੋਰਸ ਬਾਏ ਨਹੀਂ ਕਰ ਸਕਤੇ ਤੋ ਇੱਕ ਤੋ ਆਪਕੀ ਫਾਈਨੈਂਸਿੰਗ ਕੰਡੀਸ਼ਨ ਰਹਤੀ ਹੈ ਸਭ ਸੇ ਪਹਿਲੇ ਸੈਕਿੰਡ ਕੰਡੀਸ਼ਨ ਜੋ ਸਭ ਸੇ ਕਰੂਸ਼ਲ ਹੈ ਰੀਸੇਲ ਮਾਰਕੀਟ ਮੈਂ ਮੈਨੇ ਦੇਖਾ ਹੈ ਪ੍ਰੋਪਰਟੀ ਇੰਸਪੈਕਸ਼ਨ ਜੀ ਤੋ ਵੋ ਪ੍ਰੋਪਰਟੀ ਇੰਸਪੈਕਸ਼ਨ ਟਿਪਿਕਲੀ ਥਰਡ ਪਾਰਟੀ ਕਰਤੀ ਹੈ ਉਸਕੋ ਜੋ ਮਾਰਕੀਟ ਮੈਂ ਜਨਰਲ ਟ੍ਰੈਂਡ ਹੈ ਵੋ ਯੇ ਹੈ ਕਿ ਬਾਇਰ ਯੂਜਲੀ ਪੇ ਕਰਤਾ ਹੈ ਉਸਕੀ ਕਾਸਟ ਜੋ ਹੈ ਰਫਲੀ ਆਪ ਲਗਾ ਲੀਜੀਏ ਬਿਟਵੀਨ $400 and $600 ਕੇ ਆਸ ਪਾਸ ਰਹਤੀ ਹੈ ਡਿਪੈਂਡਿੰਗ ਔਨ ਕਿ ਆਪਕੀ ਕਿਤਨੀ ਬੜੀ ਪ੍ਰੋਪਰਟੀ ਹੈ ਜੋ ਆਪ ਖਰੀਦ ਰਹੇ ਹੈ ਉਸਕੇ ਹਿਸਾਬ ਸੇ ਫਿਰ ਜਬ ਆਪ ਪ੍ਰੋਪਰਟੀ ਇੰਸਪੈਕਸ਼ਨ ਦੇਖੀਏ ਆਪ ਇੱਕ ਦਿਨ ਮੈਂ ਸਕੇਜੂਲ ਕਰਤੇ ਹੈ 2 ਜਾਂ 3 ਘੰਟੇ ਕੇ ਲੀਏ ਵੋ ਪ੍ਰੋਪਰਟੀ ਇੰਸਪੈਕਟਰ ਆ ਕੇ ਆਪ ਖੁਦ ਵੀ ਜਾ ਸਕਤੇ ਹੈ ਇੰਸਪੈਕਟਰ ਕੇ ਸਾਥ ਜਬ ਇੰਸਪੈਕਸ਼ਨ ਹੋਤੀ ਹੈ ਔਰ ਆਪ ਘਰ ਪੇ ਯੂ ਬੇਸਿਕਲੀ ਗੋ ਐਂਡ ਲੁੱਕ ਇਨ ਟੂ ਦੀ ਐਵਰੀ ਡੀਟੇਲ ਪਾਰਟ ਆਫ ਦਾ ਹਾਊਸ ਚਾਹੇ ਉਹ ਬਾਹਰ ਸੇ ਸਟਰਕਚਰ ਹੋ ਜਾਏ ਚਾਹੇ ਉਹ ਰੂਫ ਕੇ ਆਪਕੇ ਸ਼ਿੰਗਲਸ ਹੋ ਜਾਏ ਚਾਹੇ ਉਹ ਆਪਕਾ ਪੀਛੇ ਕੀ ਗ੍ਰੇਡਿੰਗ ਹੋ ਜਾਏ ਫਰੰਟ ਕੀ ਗ੍ਰੇਡਿੰਗ ਹੋ ਜਾਏ ਆਪਕੀ ਪਲੰਬਿੰਗ ਆਪਕੇ ਵਾਲਸ ਕੇ ਪੀਛੇ ਦੇਖੀਏ ਯਹਾਂ ਪੇ ਲੱਕੜੀ ਕੇ ਘਰ ਹੋਤੇ ਹੈ ਔਰ ਡਰਾਈਵਲ ਸੇ ਸਭ ਕੁਛ ਕਵਰਡ ਹੋਤਾ ਹੈ ਤੋ ਆਪਕੋ ਜੋ ਇੰਸਪੈਕਟਰਸ ਹੈ ਐਂਡ ਦੇ ਡੂ ਅ ਵੈਰੀ ਥੋਰੋ ਚੈੱਕ ਆਫਕੋਰਸ ਯੂ ਹੈਵ ਟੂ ਡੂ ਯੋਰ ਹੋਮਵਰਕ ਵੈਲ ਕਿ ਬਈ ਮੈਂ ਕਿਸ ਇੰਸਪੈਕਟਰ ਕੋ ਚੂਜ਼ ਕਰ ਰਹਾ ਹੂੰ ਵੋ ਲਾਇਸੈਂਸ ਹੈ ਨਹੀਂ ਹੈ ਕਿਸ ਤਰੀਕੇ ਕੀ ਆਪਕੋ ਰਿਪੋਰਟ ਦੇਗਾ ਐਕਸਪੀਰੀਅੰਸ ਕਿਆ ਹੈ ਤੋ ਵੋ ਇੰਸਪੈਕਟਰ ਘਰ ਕੇ ਅੰਦਰ ਆ ਕੇ ਹੀ ਇਜ਼ ਬੇਸਿਕਲੀ ਐਨ ਐਕਸ-ਰੇ ਮਸ਼ੀਨ ਤੋ ਉਨਕੇ ਪਾਸ ਕਾਫੀ ਇਕਵਿਪਮੈਂਟ ਹੋਤੀ ਹੈ ਜੋ ਵਾਲਸ ਕੇ ਪੀਛੇ ਵੀ ਦੇਖ ਸਕਤੇ ਹੈ ਕਹੀਂ ਲੀਕੇਜ ਤੋ ਨਹੀਂ ਹੈ ਜਾਂ ਕਹੀਂ ਪੇ ਮੋਲਡ ਤੋ ਨਹੀਂ ਇਕੱਠਾ ਹੋ ਰਹਾ ਕਹੀਂ ਪੇ ਕੁਛ ਐਸਾ ਹਿਊਮਿਡ ਲੈਵਲ ਤੋ ਨਹੀਂ ਹੈ ਜੋ ਆਗੇ ਜਾ ਕੇ ਆਪਕੀ ਪ੍ਰੋਪਰਟੀ ਕੀ ਸਟਰਕਚਰ ਕੋ ਅਫੈਕਟ ਕਰੇਗਾ ਤੋ ਯੇ ਜੋ ਪ੍ਰੋਪਰਟੀ ਇੰਸਪੈਕਸ਼ਨ ਹੈ ਇਹ ਸਭ ਸੇ ਬੜਾ ਪਾਰਟ ਹੈ ਹਮਾਰੇ ਰੀਸੇਲ ਕੇ ਘਰ ਮੈਂ ਜਬ ਵੀ ਹਮ ਖਰੀਦਤੇ ਹੈ ਹਮ ਨਏ ਘਰੋਂ ਮੇਂ ਵੀ ਕਰਾਤੇ ਹੈ ਪਰ ਰੀਸੇਲ ਮੇਂ ਦੇਖੀਏ ਮਸਟ ਹੈ ਇਸਕੇ ਬਿਨਾ ਤੋ ਮੈਂ ਕਭੀ ਕਿਸੀ ਕਲਾਇੰਟ ਕੋ ਸਜੈਸਟ ਵੀ ਨਹੀਂ ਕਰਤਾ ਹੂੰ ਕਿ ਆਪ ਘਰ ਖਰੀਦੇ ਨੋ ਮੈਟਰ ਉਹ ਕਿਤਨਾ ਅੱਛਾ ਦਿਖ ਰਹਾ ਹੋ ਦੇਖੀ ਬਾਹਰ ਸੇ ਦਿਖਾਵਟ ਕੁਛ ਔਰ ਹੋ ਸਕਤੀ ਅੰਦਰ ਸੇ ਕੁਛ ਔਰ ਹੋ ਸਕਤੀ ਹੈ ਤੋ ਅਗਰ ਬਾਹਰ ਸੇ ਆਪਕੋ ਅੱਛਾ ਲੱਗ ਵੀ ਰਹਾ ਹੈ ਆਪਕੋ ਪ੍ਰੋਪਰਟੀ ਕੀ ਬੋਨਸ ਕੋ ਪਤਾ ਕਰਨਾ ਬਹੁਤ ਜ਼ਰੂਰੀ ਹੈ ਜੀ ਤੋ ਉਸਕੇ ਲਈ ਹਮ ਇੰਸਪੈਕਸ਼ਨ ਕਰਵਾਤੇ ਹੈ ਤਾਂ ਇੰਸਪੈਕਸ਼ਨ ਦੇ ਲਈ ਵੀ ਅਸੀਂ ਦੋਸਤੋ ਅਸੀਂ ਆਪਣੇ ਐਕਸਪਰਟ ਜਿਹੜੇ ਇੰਸਪੈਕਸ਼ਨ ਐਕਸਪਰਟ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਇਸ ਪ੍ਰੋਗਰਾਮ ਦੇ ਰਹੇ ਅਸੀਂ ਜ਼ਰੂਰ ਬੁਲਾਵਾਂਗੇ ਅਗਰ ਤੁਸੀਂ ਕੋਈ ਪੁਰਾਣਾ ਘਰ ਲੈਣਾ ਚਾਹ ਰਹੇ ਇੰਸਪੈਕਸ਼ਨ ਕਰਾਉਣੀ ਕਿਸ ਤਰ੍ਹਾਂ ਕਰਨੀ ਹੈ ਅਗਲੇ ਐਪੀਸੋਡ ਦੇ ਵਿੱਚ ਹੋਰ ਜਾਣਕਾਰੀ ਲਵਾਂਗੇ ਤੁਸੀਂ ਸਾਡੇ ਇਹਨਾਂ ਸ਼ੋਅਜ਼ ਦੇ ਨਾਲ ਬਣੇ ਰਹੋ ਸਤਿ ਸ਼੍ਰੀ ਅਕਾਲ